ਤੁਹਾਡਾ ਆਪਣਾ ਤਾਰੀ ਲੋਦੀਪੁਰੀ ਆ ਅੱਜ ਪਹੁੰਚੇ ਆਪਾਂ ਔੜ ਦੇ ਕੋਲ ਪਿੰਡ ਬਲੌਣੀ ਜਿੱਥੇ ਕਿ ਬਣਵੈਤ ਮਹਿੰਥਾ ਪਲਾਂਟ ਜਿੱਥੇ ਖੜ੍ਹੇ ਹਾਂ ਪਲਾਂਟ ਇੱਥੇ ਚੱਲ ਰਿਹਾ ਹੈਗਾ ਕਾਫੀ ਲੰਬਾ ਸਮਾਂ ਤੋਂ ਇੱਥੇ ਪਿਛਲੇ ਦਿਨੀ ਇੱਥੇ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਦੋ ਨੌਜਵਾਨ ਕਰਮਜੀਤ ਸਿੰਘ ਅਤੇ ਜੈਮਲ ਸਿੰਘ ਦੀ ਮੌਤ ਹੋ ਜਾਂਦੀ ਹੈ ਇਹ ਜੈਮਲ ਸਿੰਘ ਅਤੇ ਕਰਮਜੀਤ ਸਿੰਘ ਦੇ ਪਿੱਛੇ ਪਰਿਵਾਰਕ ਮੈਂਬਰ ਕਿੰਨੇ ਹਨ ਅਤੇ ਕਿਵੇਂ ਭਾਣਾ ਵਰਤਿਆ ਇਸ ਬਾਰੇ ਆਪਾਂ ਐਸ ਐਚ ਓ ਬਖਸ਼ੀਸ਼ ਸਿੰਘ ਨਾਲ ਵੀ ਗੱਲ ਕਰਾਂਗੇ ਅਤੇ ਮਹਿੰਥਾ ਪਲਾਂਟ ਦੇ ਮਾਲਕ ਤਲਵਿੰਦਰ ਸਿੰਘ ਜੀ ਤੋਂ ਵੀ ਜਾਣਕਾਰੀ ਲਵਾਂਗੇ ਵੀ ਇਹ ਭਾਣਾ ਕਿਵੇਂ ਵਰਤਿਆ ਅਤੇ ਉਹਨਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਹੋਏ ਹਨ ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਮਿਲੀਆਂ ਹਨ ਜਾਂ ਨਹੀਂ ਮਿਲੀਆਂ ਹਨ ਜਿਹੜੀਆਂ ਇਹ ਭਾਣਾ ਵਰਤਿਆ ਹੈ ਇਹਨਾਂ ਦੋ ਨੌਜਵਾਨ ਦੇ ਪਰਿਵਾਰਾਂ ਨੂੰ ਕੋਈ ਮਹਿੰਥਾ ਪਲਾਂਟ ਦੇ ਮਾਲਕ ਵੱਲੋਂ ਕੋਈ ਮਾਲੀ ਮਦਦ ਕੋਈ ਸਹਾਇਤਾ ਕੀਤੀ ਜਾ ਰਹੀ ਹੈ ਜਾਂ ਨਹੀਂ ਜਾ ਕੀਤੀ ਹਾਂਜੀ ਸਰ ਜੀ ਜਿਹੜਾ ਆਪਣਾ ਬਣਵੈਤ ਮਹਿੰਥਾ ਪਲਾਂਟ ਹੈ ਬਲੌਨੀ ਘਾਟੀ ਦੇ ਉੱਤੇ ਸਾਡੇ ਥਾਣੇ ਤੇ ਇਹ ਜਿਹੜੇ ਹੈਗੇ ਨੇ ਜੈਮਲ ਸਿੰਘ ਮਰਨ ਵਾਲੇ ਜਿਹੜੇ ਹੈਗੇ ਜੈਮਲ ਸਿੰਘ ਤੇ ਕਰਮਜੀਤ ਸਿੰਘ ਇਹ ਦੋਨੋਂ ਜਿਹੜੇ ਹੈਗੇ ਆ ਇਹ ਪਿੰਡ ਹੈਗਾ ਜੀ ਕਪੂਰ ਸਿੰਘ ਵਾਲਾ ਲੋਡੋਵਾਲੀ ਲਾਗੇ ਬੌਂਕੜ ਖੁਰਦ ਹੈ ਵੈਸੇ ਕਿਤਾਬਾਂ 'ਚ ਨਾਂ ਪਿੰਡ ਦਾ ਉਸ ਪਿੰਡ ਦੇ ਅਤੇ ਉਹ ਓਪਰੇਟਰ ਨੇ ਜਿਹੜੀਆਂ ਜਿਹੜੇ ਭੱਠੀਆਂ ਵਾਲੇ ਪੱਕੀ ਲੇਬਰ ਹੁੰਦੀ ਆ ਨਾ ਜਿਹੜੇ ਥੋੜ੍ਹੇ ਐਕਸਪੀਰੀਅੰਸਡ ਹੁੰਦੇ ਆ ਉਹ ਅਤੇ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਭੱਠੀਆਂ 'ਤੇ ਕੰਮ ਕਰਦੇ ਅਤੇ ਕੱਲ੍ਹ ਫਿਰ ਜਦੋਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਜਗ੍ਹਾ ਦਾ ਮੌਕਾ ਜਿਹੜਾ ਹੈਗਾ ਵਾ ਉਹ ਵੀ ਦੇਖਿਆ ਮੈਂ ਵੀ ਸਾਡੇ ਡੀ ਐੱਸ ਪੀ ਸਾਹਿਬ ਹੈੱਡਕੁਆਰਟਰ ਦੇਵਦੱਤ ਸ਼ਰਮਾ ਜਿਹੜੇ ਸਰ ਉਹ ਵੀ ਆਏ ਸੀਗੇ ਉਹਨਾਂ ਨੇ ਵੇਖਿਆ ਵੈਰੀਫਾਈ ਕੀਤਾ ਫਿਰ ਡੈੱਡ ਬੋਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦਾ ਮੁਲਾਜ਼ਾ ਕੀਤਾ ਹੈਗਾ ਅਤੇ ਫਿਰ ਜਿਹੜਾ ਮਰਨ ਵਾਲਾ ਜੈਮਲ ਸਿੰਘ ਵਾ ਇੱਕ ਅਤੇ ਇੱਕ ਦੂਸਰਾ ਕਰਮਜੀਤ ਸਿੰਘ ਉਹਨਾਂ ਦੇ ਫਾਦਰ ਅਤੇ ਸਿਸਟਰ ਜਿਹੜੇ ਹੈਗੇ ਅਤੇ ਉਹਨਾਂ ਦੇ ਉਹ ਸਾਡੇ ਕੋਲ ਆਏ ਸੀਗੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਉਹਦੀ 174 ਸੀ ਆਰ ਪੀ ਸੀ ਅਧੀਨ ਅਸੀਂ ਕਾਰਵਾਈ ਕਰਤੀ ਅਤੇ ਪੋਸਟਮਾਰਟਮ ਦੇ ਵਿੱਚ ਅਸੀਂ ਇਹ ਮੰਗ ਲਿਆ ਹੈਗਾ ਵਾ ਕਿ ਮੌਤ ਦਾ ਜਿਹੜਾ ਅਸਲ ਕਾਰਨ ਹੈਗਾ ਵਾ ਉਹ ਵੀ ਕਰਕੇ ਸਾਨੂੰ ਦੱਸਿਆ ਜਾਵੇ ਵੀ ਅਸਲ ਕਾਰਨ ਕੀ ਹੈਗਾ ਹਾਲ ਦੀ ਘੜੀ ਜਿਹੜਾ ਉਹਨਾਂ ਵੱਲੋਂ ਬਿਆਨ ਹੋਇਆ ਵਾ ਉਹ ਇਹ ਹੈਗਾ ਵਾ ਕਿ ਜਿਹੜੀ ਮਹਿੰਥਾ ਪਲਾਂਟ ਦਾ ਬੋਇਲਰ ਹੁੰਦਾ ਵਾ ਬੋਇਲਰ ਦੇ ਵਿੱਚ ਜਦੋਂ ਉਹਦਾ ਢੱਕਣ ਖੋਲ੍ਹਦੇ ਹੈਗੇ ਆ ਉਹਦੇ ਵਿੱਚੋਂ ਗੈਸ ਹੁੰਦੀ ਆ ਜਿੱਦਾਂ ਪੁਰਾਣਾ ਪਿਆ ਹੋਵੇ ਅਤੇ ਇਹ ਵੀ ਹੁਣ ਜਦੋਂ ਬੋਇਲਰ ਦਾ ਢੱਕਣ ਚੁੱਕਣ ਗਿਆ ਸੀਗਾ ਅਤੇ ਉਹ ਜਿਹੜੀ ਗੈਸ ਆ ਯਕਦਮ ਉਹਨੇ ਇਫੈਕਟ ਕੀਤਾ ਇਹ ਦੋਨੋਂ ਜਿਹੜੇ ਹੈਗੇ ਆ ਇਹ ਅਤੇ ਉਹ ਗੈਸ ਦੇ ਆ ਗਏ ਪ੍ਰਭਾਵ 'ਚ ਇਹਨਾਂ ਕੋਲ ਨਿਕਲਿਆ ਨਹੀਂ ਗਿਆ ਬਾਹਰ ਇੱਕ ਮੁੰਡਾ ਇਹਨਾਂ ਦੇ ਨਾਲ ਹੋਰ ਹੈ ਅਤੇ ਉਹ ਮੁੰਡਾ ਸੁਖਵਿੰਦਰ ਸਿੰਘ ਉਰਫ ਜੋਗਾ ਪੰਜ ਢੇਰਾ ਪਿੰਡ ਪੈਂਦਾ ਜੀ ਫਲੋਰ ਦੇ ਨਾਲ ਦਰਿਆ ਦੇ ਕੰਢੇ ਦੇ ਉੱਤੇ ਉਹ ਛੇਤੀ ਛੇਤੀ ਪੌੜੀ ਰਾਹੀਂ ਜਿਹੜਾ ਵਾ ਉਹ ਬਾਹਰ ਆ ਗਿਆ ਅਤੇ ਉਹਦੇ ਕੋਲ ਸਾਰਾ ਕੁਛ ਵੈਰੀਫਾਈ ਹੋਇਆ ਜੀ ਜਿਹੜਾ ਜੈਮਲ ਸਿੰਘ ਆ ਠੇਕੇਦਾਰ ਲੇਬਰ ਦਾ ਉਹਦੀ ਉਮਰ 42 ਸਾਲ ਆ ਜੀ ਅਤੇ ਜਿਹੜਾ ਕਰਮਜੀਤ ਸਿੰਘ ਆ ਉਹਦੀ 35 ਸਾਲ ਦੋਨੋਂ ਹੀ ਸ਼ਾਦੀਸ਼ੁਦਾ ਨੇ ਜੈਮਲ ਸਿੰਘ ਦੇ 4 ਬੱਚੇ ਨੇ 3 ਲੜਕੀਆਂ ਅਤੇ 1 ਲੜਕਾ ਅਤੇ ਜਿਹੜਾ ਕਰਮਜੀਤ ਸਿੰਘ ਆ ਉਹਦੀਆਂ 2 ਲੜਕੀਆਂ ਹੀ ਨੇ ਥੈਂਕ ਯੂ ਜਿਹੜਾ ਦਰਦਨਾਕ ਹਾਦਸਾ ਕੱਲ੍ਹ ਬਣਵੈਤ ਮਹਿੰਥਾ ਪਲਾਂਟ 'ਤੇ ਵਾਪਰਿਆ ਸੀ ਉਹਦੇ ਬਾਰੇ ਐਸ ਐਸ ਓ ਬਖਸ਼ੀਸ਼ ਸਿੰਘ ਨਾਲ ਆਪਾਂ ਗੱਲ ਕੀਤੀ ਆ ਔਰ ਉਹਦੇ ਵਿੱਚ ਜਿਹੜਾ ਜੈਮਲ ਸਿੰਘ ਉਮਰ 42 ਸਾਲ ਜਿਹਦੇ 3 ਬੇਟੀਆਂ ਅਤੇ 1 ਬੇਟਾ ਸੀ ਉਹਨਾਂ ਦੀ ਮੌਤ ਹੋ ਗਈ ਇਸੇ ਤਰ੍ਹਾਂ ਉਸੇ ਪਿੰਡ ਤੋਂ ਕਪੂਰ ਸਿੰਘ ਵਾਲਾ ਪਿੰਡ ਤੋਂ ਸੀਗਾ ਆਪਣੇ ਕਰਮਜੀਤ ਸਿੰਘ ਜੀ 2 ਬੇਟੀਆਂ ਹਨ ਇਹ ਦੋਨੇ ਪਰਿਵਾਰਾਂ ਦੇ ਵਿੱਚ ਇਸ ਵੇਲੇ ਗਮਗੀਨ ਮਾਹੌਲ ਹੈ ਅਤੇ ਮਹਿੰਥਾ ਪਲਾਂਟ ਦੇ ਮਾਲਕ ਤਲਵਿੰਦਰ ਸਿੰਘ ਜੀ ਨਾਲ ਗੱਲ ਹੋਈ ਅਤੇ ਉਹਨਾਂ ਨੇ ਦੱਸਿਆ ਕਿ ਇਸ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਵੀ ਸਾਡੇ ਵੱਲੋਂ ਜੋ ਵੀ ਸਰਿਆ ਮਦਦ ਕੀਤੀ ਜਾਊਗੀ ਕਿਉਂਕਿ ਪਰਿਵਾਰ ਦਾ ਜੀ ਤਾਂ ਚਲੇਗਾ ਉਹ ਨਹੀਂ ਵਾਪਸ ਆ ਸਕਦਾ ਜਿੰਨੀ ਉਹਨਾਂ ਕੋਲ ਮਦਦ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਈਗਲ ਆਈਜ਼ 24 ਚੈਨਲ ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ